ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਸਾਹਿਲ ਮਹਾਜਨ ਵਿੰਗਸ ਟੂ ਫਲਾਈ ਚੈਨਲ ਤੋਂ। ਅੱਜ ਫਿਰ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ, ਅਤੇ ਜਿਹੜਾ ਕਿ ਸਾਡਾ ਪੰਜਾਬ ਜੀਕੇ ਦਾ ਐਪੀਸੋਡ ਨੰਬਰ 8 ਹੋਏਗਾ, ਜਿਹਦੇ ਵਿੱਚ ਆਪਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਪੜ੍ਹਾਂਗੇ ਜੀ। ਠੀਕ ਹੈ ਜੀ, ਹੋਪ ਤੁਹਾਨੂੰ ਮੇਰੀਆਂ ਪੁਰਾਣੀ ਵੀਡੀਓਜ਼ ਬਹੁਤ ਵਧੀਆ ਲੱਗੀਆਂ ਹੋਣਗੀਆਂ, ਅਤੇ ਪਲੀਜ਼ ਗਾਇਜ਼ ਉਹਨਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ। ਮਹਾਰਾਜਾ ਰਣਜੀਤ ਸਿੰਘ ਦਾ ਜੀ ਬਰਥ ਜਿਹੜਾ ਵਾ 13 ਨਵੰਬਰ 1780 ਈਸਵੀ ਦੇ ਵਿੱਚ ਹੋਇਆ। ਕਿੱਥੇ ਹੋਇਆ ਜੀ? ਗੁਜਰਾਂਵਾਲਾ, ਜੋ ਕਿ ਹੁਣ ਕਿਤੇ ਜੀ ਪਾਕਿਸਤਾਨ ਦੇ ਵਿੱਚ। ਠੀਕ ਹੈ, ਅਤੇ ਇਹਨਾਂ ਦਾ ਅਰਲੀਅਰ ਨਾਮ ਕੀ ਸੀਗਾ ਜੀ? ਬੁੱਧ ਸਿੰਘ। ਠੀਕ ਹੈ, ਅਤੇ ਇਹਨਾਂ ਦੇ ਪਿਤਾ ਜੀ ਦਾ ਨਾਂ ਸਰਦਾਰ ਮਹਾਂ ਸਿੰਘ ਜੀ, ਅਤੇ ਮਾਂ ਦਾ ਨਾਂ ਕੀ ਜੀ? ਰਾਣੀ ਕੌਰ ਜੀ। ਠੀਕ ਹੈ, ਅਤੇ ਇਹ ਕਿਹੜੀ ਮਿਸਲ ਨੂੰ ਬਿਲੋਂਗ ਕਰਦੇ ਸੀਗੇ ਜੀ? ਸ਼ੁਕਰ ਚੱਕਿਆ ਮਿਸਲ ਨੂੰ। ਇਹ ਬਹੁਤ ਇੰਪੋਰਟੈਂਟ ਕੁਸ਼ਚਨ ਬਣ ਜਾਂਦਾ ਜੀ ਇੱਥੇ ਕਿ ਮਹਾਰਾਜਾ ਰਣਜੀਤ ਸਿੰਘ ਕਿਹੜੀ ਮਿਸਲ ਨੂੰ ਬਿਲੋਂਗ ਕਰਦੇ ਸੀਗੇ ਜੀ? ਸ਼ੁਕਰ ਚੱਕਿਆ ਮਿਸਲ ਦੇ ਵਿੱਚ। ਜਿਹੜਾ ਆਹ ਕੁਸ਼ਚਨ ਹੈ ਜੀ, ਨੈਕਸਟ ਹੈ ਕੇਮ ਟੂ ਪਾਵਰ। PPSC ਦੇ ਪੇਪਰ ਦੇ ਵਿੱਚ ਆਲਰੇਡੀ ਕੁਸ਼ਚਨ ਆ ਚੁੱਕਿਆ ਹੈ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਹੈ ਉਹ ਕਿੰਨੀ ਏਜ ਦੇ ਸੀਗੇ ਜਾਂ ਕਿਹੜਾ ਸਨ ਸੀਗਾ ਜਦੋਂ ਉਹ ਆਪਣੇ ਪਾਵਰ ਦੇ ਵਿੱਚ ਆਏ ਸੀਗੇ? ਠੀਕ ਹੈ ਜੀ, 1792 ਈਸਵੀ ਦੇ ਵਿੱਚ ਜਦੋਂ ਉਹਨਾਂ ਦੀ ਉਮਰ 12 ਸਾਲ ਦੀ ਸੀਗੀ, ਤਾਂ ਉਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ, ਅਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਹੱਥ ਪਾਵਰ ਲਈ। ਠੀਕ ਹੈ ਜੀ, ਤਾਂ ਉਹਨਾਂ ਦੀ ਜਿਹੜੀ ਮੈਰਿਜ ਹੈ ਉਹ ਮਹਿਤਾਬ ਕੌਰ ਜੀ ਨਾਲ ਹੋਈ ਸੀਗੀ, ਜਿਹੜੀ ਕਿ ਗੁਰਬਖਸ਼ ਸਿੰਘ ਜੀ ਦੀ ਡਾਟਰ ਅਤੇ ਸਦਾ ਕੌਰ ਜੀ ਦੀ ਸੀਗੀ ਡਾਟਰ ਕਨ੍ਹਈਆ ਮਿਸਲ ਨੂੰ ਬਿਲੋਂਗ ਕਰਦੇ ਸੀ। ਕਦੋਂ ਹੋਈ ਜੀ? 1796 ਈਸਵੀ ਦੇ। ਅਤੇ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਵੱਡੇ ਵੀ ਕਿੰਨਾ ਕੀਤਾ ਜੀ? ਸਾਰਾ ਸਦਾ ਕੌਰ ਜੀ ਜੋ ਉਹਨਾਂ ਦੀ ਮਦਰ ਇਨ ਲਾਅ ਸੀਗੇ। ਠੀਕ ਹੈ ਜੀ, ਹੁਣ ਇਹ ਵੀ ਕੁਸ਼ਚਨ ਇੱਕ ਰੇਜ਼ ਹੋ ਜਾਂਦਾ ਹੈ ਕਿ ਮਹਾਰਾਜਾ ਕਿਹੜੇ ਕਿਹੜੇ ਟਾਈਮ 'ਤੇ ਬਣੇ ਸੀਗੇ? 12 ਅਪ੍ਰੈਲ 1801 ਦੇ ਵਿੱਚ ਉਹ ਉਹਨਾਂ ਨੇ ਆਪਣੇ ਆਪ ਨੂੰ ਮਹਾਰਾਜਾ ਘੋਸ਼ਿਤ ਕੀਤਾ ਸੀਗਾ, ਅਤੇ ਜਿਹੜੀਆਂ ਉਹਨਾਂ ਨੇ 12 ਮਿਸਲ ਸੀਗੀਆਂ, ਉਹਨਾਂ ਨੂੰ ਅਲੱਗ ਅਲੱਗ ਮਿਸਲ ਸੀਗੀਆਂ, ਕਨ੍ਹਈਆ ਮਿਸਲ ਹੋ ਗਈਆਂ, ਹੋਰ ਅਲੱਗ ਅਲੱਗ ਜਿਹੜੀਆਂ ਮਿਸਲ ਸੀਗੀਆਂ, ਸ਼ੁਕਰ ਚੱਕੀਆਂ ਮਿਸਲੀਆਂ ਹੋ ਗਈਆਂ, ਉਹਨਾਂ ਨੂੰ ਜੁਆਇਨ ਕਰਕੇ ਉਹਨਾਂ ਨੇ ਇੱਕ ਆਪਣਾ ਇੰਪਾਇਰ ਬਣਾਇਆ ਸੀਗਾ, ਅਤੇ ਉਸ ਇੰਪਾਇਰ ਦਾ ਮਹਾਰਾਜਾ ਆਪਣੇ ਆਪ ਨੂੰ ਘੋਸ਼ਿਤ ਕੀਤਾ। ਅਤੇ ਉਹਨਾਂ ਨੇ ਆਪਣੀ ਕੈਪੀਟਲ ਕੀ ਰੱਖੀ ਸੀਗੀ? ਲਾਹੌਰ। ਠੀਕ ਹੈ ਜੀ, ਉਹਨਾਂ ਨੇ ਆਪਣੇ ਟਾਈਮ 'ਚ 2 ਟ੍ਰੀਟੀਜ਼ ਕੀਤੀਆਂ ਸੀਗੀਆਂ, ਬਹੁਤ ਇੰਪੋਰਟੈਂਟ, ਯਾਦ ਹੋਣਾ ਚਾਹੀਦਾ ਜੀ ਕਿ ਟ੍ਰੀਟੀ ਆਫ ਅੰਮ੍ਰਿਤਸਰ ਕਦੋਂ ਹੋਈ ਸੀ, ਕਿਹੜੇ ਸੰਧ ਵਿੱਚ, ਅਤੇ ਟ੍ਰਾਈਪਾਰਟਾਈਟ ਟ੍ਰੀਟੀ ਜਿਹੜੀ ਹੈ ਕਿਹੜੇ ਸੰਧ ਵਿੱਚ। ਟ੍ਰੀਟੀ ਆਫ ਅੰਮ੍ਰਿਤਸਰ ਜਿਹੜੀ ਹੈ 1809 ਈਸਵੀ ਦੇ ਵਿੱਚ ਹੋਈ, ਅਤੇ ਟ੍ਰਾਈਪਾਰਟਾਈਟ ਟ੍ਰੀਟੀ ਜਿਹੜੀ 1838 ਦੇ ਵਿੱਚ, ਦੋਵੇਂ ਜਿਹੜੀਆਂ ਬ੍ਰਿਟਿਸ਼ਰਸ ਦੇ ਨਾਲ ਹੋਈਆਂ ਸੀਗੀਆਂ। ਠੀਕ ਹੈ ਜੀ, ਅਤੇ ਇਹਨਾਂ ਨੇ ਕੀ ਕੀਤਾ ਸੀਗਾ? ਕੁਆਇੰਸ ਇਸ਼ੂ ਕੀਤੇ ਸੀਗੇ, ਨਾਨਕਸ਼ਾਹੀ ਕੁਆਇੰਸ। ਠੀਕ ਹੈ, ਲਾਸਟ ਵੀਡੀਓ 'ਚ ਵੀ ਆਪਾਂ ਪੜ੍ਹੇ 2 ਕੁਆਇੰਸ ਦੇ ਬਾਰੇ ਗੱਲ ਕੀਤਾ ਸੀਗਾ, ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਕੁਆਇੰਸ ਇਸ਼ੂ ਹੋਏ ਸੀ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੀਤੇ ਸੀਗੇ, ਅਤੇ ਇਸ ਕੇਸ ਦੇ ਵਿੱਚ ਜਿਹੜੇ ਨਾਨਕਸ਼ਾਹੀ ਕੁਆਇੰਸ ਸੀਗੇ ਉਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ਼ੂ ਕੀਤੇ ਸੀਗੇ। ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਸਭ ਨੂੰ ਪਤਾ ਕਿ ਦਰਬਾਰ ਸਾਹਿਬ ਨੂੰ ਆਪਾਂ ਦਰਬਾਰ ਸਾਹਿਬ ਕਿਉਂ ਕਹਿੰਦੇ? ਗੋਲਡਨ ਟੈਂਪਲ ਕਿਹਾ ਜਾਂਦਾ ਹੈ ਨਾ, ਸਵਰਨ ਮੰਦਿਰ ਕਿਹਾ ਜਾਂਦਾ, ਉਸ ਕਿਉਂ ਕਿਹਾ ਜਾਂਦਾ? ਕਿਉਂਕਿ ਗੁਰੂ ਸਾਹਿਬ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੀਗੇ ਉਹਨਾਂ ਨੇ ਡੋਨੇਟ ਕੀਤੀਆਂ ਸੀਗੀਆਂ ਗੋਲਡ ਪਲੇਟਸ, ਤਾਂ ਕਿ ਦਰਬਾਰ ਸਾਹਿਬ ਦੀਆਂ ਜਾਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੀਆਂ ਜਿਹੜੀਆਂ ਵਾਲਸ ਨੂੰ ਗੋਲਡ ਪਲੇਟਸ ਨਾਲ ਕਵਰ ਕੀਤਾ ਜਾਵੇ। ਠੀਕ ਹੈ ਜੀ, ਅਤੇ ਮਹਾਰਾਜਾ ਨੇ ਹੋਰ ਵੀ ਜਗ੍ਹਾ ਗੋਲਡ ਜਿਹੜਾ ਡੋਨੇਟ ਕੀਤਾ ਹੈ, ਹਿੰਦੂ ਸ਼ਰਾਈਨ ਜਿਵੇਂ ਜਵਾਲਾਮੁਖੀ ਮਾਤਾ ਦੇ ਹੋ ਗਿਆ, ਕਾਂਗੜਾ ਜੀ ਹੋ ਗਿਆ, ਅਤੇ ਵਿਸ਼ਵਨਾਥ ਟੈਂਪਲ, ਇਹਨਾਂ ਜਗ੍ਹਾ 'ਤੇ ਵੀ ਉਹਨਾਂ ਨੇ ਗੋਲਡ ਨੂੰ ਡੋਨੇਟ ਕੀਤਾ ਸੀਗਾ। ਅਤੇ ਆਪਾਂ ਨੂੰ ਪਤਾ ਚੱਲ ਹੋਣਾ ਚਾਹੀਦਾ ਕਿ ਉਹਨਾਂ ਨੇ ਕਿਹੜੇ ਕਿਹੜੇ ਗੁਰਦੁਆਰੇ ਦੀ ਸਥਾਪਨਾ ਕੀਤੀ ਸੀ। ਤਖ਼ਤ ਸ਼੍ਰੀ ਪਟਨਾ ਸਾਹਿਬ ਜੀ ਅਤੇ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਜੀ ਦੀ ਜਿਹੜਾ ਵਾ ਸਾਰਾ ਉਸਾਰੀ ਦਾ ਕੰਮ ਹੈ ਉਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਾਇਆ ਸੀਗਾ। ਹੁਣ ਇੱਕ ਹੋਰ ਇੰਪੋਰਟੈਂਟ ਕੁਸ਼ਚਨ ਇੱਥੇ ਇਹ ਬਣਦਾ ਹੈ ਕਿ ਕਿਹੜੇ 2 ਫੋਰਨਰ ਸੀਗੇ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਆਰਮੀ ਦੇ ਵਿੱਚ ਰੱਖਿਆ ਸੀਗਾ ਜਾਂ ਉਹਨਾਂ ਦੇ ਟਾਈਮ ਦੇ ਸੀਗੇ, ਤਾਂ ਕਿ ਉਹਨਾਂ ਦੀ ਆਰਮੀ ਨੂੰ ਉਹਨਾਂ ਨੇ ਆਪਣੀ ਆਰਮੀ ਨੂੰ ਜਿਹੜਾ ਸੀਗਾ ਮਾਡਰਨਾਈਜ਼ ਕਰਨਾ ਸੀ, ਨਵੇਂ ਤਰੀਕੇ ਦੇ ਨਾਲ ਜਿਹੜਾ ਆਰਮੀ ਨੂੰ ਮਾਡਰਨਾਈਜ਼ ਕਰਨ ਵਾਸਤੇ ਉਹਨਾਂ ਨੇ 2 ਫੋਰਨਰਸ ਨੂੰ ਬੁਲਾਇਆ ਸੀਗਾ, ਤਾਂ ਕਿ ਉਹਨਾਂ ਦੀ ਆਰਮੀ ਨੂੰ ਟ੍ਰੇਨ ਕਰ ਸਕੇ। ਉਹਨਾਂ ਦੇ ਨਾਂ ਕੀ ਹੈ ਜੀ? ਜੀਨ ਬੈਪਟਿਸਟ ਵੈਂਚਰਾ ਐਂਡ ਜੀਨ ਫਰੈਂਕੋਇਸ ਅਲਾਰਡ। ਠੀਕ ਹੈ ਜੀ, ਕਈ ਜਗ੍ਹਾ ਸਿਰਫ ਵੈਂਚਰਾ ਐਂਡ ਅਲਾਰਡ ਵੀ ਲਿਖਿਆ ਗਿਆ, ਅਤੇ ਜੇ ਆਪਾਂ ਨੂੰ ਯਾਦ ਕਰਨਾ ਤਾਂ ਆਪਾਂ ਨੂੰ ਥੋੜ੍ਹਾ ਹਿੰਟ ਮਿਲ ਸਕਦਾ, ਜਿੱਥੇ ਜਿੱਥੇ ਜੀਨ ਜੀਨ ਆਏਗਾ ਹੈ ਨਾ, ਇਟ ਮੀਨਸ ਉਹ ਦੋਨੋਂ ਕੀ ਨੇ ਆਪਣੇ ਜਿਹੜੇ ਹੈ ਫੋਰਨਰਸ ਨੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਆਰਮੀ ਦੇ ਵਿੱਚ ਡਿਪਲੋਏ ਕੀਤੇ ਸੀਗੇ। ਠੀਕ ਹੈ ਜੀ, ਹੁਣ ਉਸ ਤੋਂ ਬਾਅਦ ਆਪਾਂ ਨੂੰ ਸਭ ਨੂੰ ਫੇਮਸ ਪਤਾ ਹੈ ਕਿ ਜਿਹੜਾ ਕੋਹੀਨੂਰ ਦਾ ਹੀਰਾ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਸੀਗਾ। ਠੀਕ ਹੈ ਨਾ, ਹੁਣ ਇਹ ਹੀਰਾ ਕਈ ਵਾਰ ਕੁਸ਼ਚਨ ਪੇਪਰ ਦੇ ਵਿੱਚ ਆ ਵੀ ਸਕਦਾ ਹੈ ਕਿ ਹੀਰਾ ਉਹਨਾਂ ਨੂੰ ਕਿੱਥੋਂ ਮਿਲਿਆ ਸੀਗਾ। ਠੀਕ ਹੈ ਜੀ, ਉਹਨਾਂ ਨੇ ਹੀਰਾ ਜਿਹੜਾ ਹੋਇਆ ਕੋਹੀਨੂਰ ਹੀਰਾ ਵਫਾ ਬੇਗਮ ਕੋਲੋਂ ਲਿਆ ਸੀਗਾ, ਜਿਹੜੀ ਵਾਈਫ ਸੀਗੀ ਸ਼ਾਹ ਸ਼ੂਜਾ ਦੀ, ਅਤੇ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਜੇ ਤੁਸੀਂ ਮੇਰੇ ਘਰ ਵਾਲੇ ਦੀ ਜਾਨ ਬਚਾਓਗੇ ਤਾਂ ਮੈਂ ਤੁਹਾਨੂੰ ਕੋਹੀਨੂਰ ਦਾ ਹੀਰਾ ਗਿਫਟ ਕਰ ਦਿਆਂਗੀ ਜਾਂ ਮੈਂ ਦੇਵਾਂਗੀ, ਉਹਦੇ ਬਦਲੇ ਉਹ ਦੇਵਾਂਗੀ। ਤਾਂ ਉਹ ਸ਼ਾਹ ਸ਼ੂਜਾ ਜਿਹੜਾ ਸੀਗਾ ਜੀ ਉਹ ਕਸ਼ਮੀਰ ਦੇ ਵਿੱਚ ਬੰਦੀ ਬਣਿਆ ਹੋਇਆ ਸੀ, ਪ੍ਰਿਜ਼ਨਰ ਸੀਗਾ, ਤਾਂ ਗੁਰੂ ਜੀ ਨੇ ਉਹਨੂੰ ਛਡਾ ਕੇ ਤਾਂ ਉਹਦੇ ਵਫਾ ਬੇਗਮ ਨੂੰ ਹਵਾਲੇ ਕੀਤਾ, ਅਤੇ ਉਹਨਾਂ ਕੋਲ ਉਹਨਾਂ ਨੇ ਇਨ ਰਿਟਰਨ ਉਹਨੇ ਕੀਤਾ ਉਹਨਾਂ ਨੂੰ ਕੋਹੀਨੂਰ ਦਾ ਹੀਰਾ ਦਿੱਤਾ। ਠੀਕ ਹੈ ਜੀ, ਅਤੇ ਇਹ ਜਿਹੜਾ ਵਾ
ਮਹਾਰਾਜਾ ਤੋਂ ਲੈ ਕੇ ਉਹਨਾਂ ਦੇ ਸਭ ਤੋਂ ਛੋਟੇ ਬੇਟੇ ਮਹਾਰਾਜਾ ਦਲੀਪ ਸਿੰਘ ਜੀ ਤੱਕ ਉਹਨਾਂ ਕੋਲ ਰਿਹਾ ਤਾਂ ਬਾਅਦ 'ਚ ਉਹਨਾਂ ਨੇ ਬ੍ਰਿਟਿਸ਼ਰਸ ਨੂੰ ਸਰੈਂਡਰ ਕਰਤਾ ਜਦੋਂ ਪੰਜਾਬ ਦਾ ਨੈਕਸੇਸ਼ਨ ਆਇਆ ਸੀਗਾ, ਠੀਕ ਹੈ ਜੀ। ਅਤੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਡੈਥ ਹੈ 27 ਜੂਨ 1839 ਦੇ ਵਿੱਚ ਹੋਈ ਸੀਗੀ, ਅਤੇ ਡਿਊ ਟੂ ਪੈਰਾਲਾਈਸਿਸ, ਠੀਕ ਹੈ ਜੀ। ਇਹ ਸੀਗੀ ਜੀ ਆਪਣੀ ਅੱਜ ਦੀ ਵੀਡੀਓ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ। ਅਤੇ ਗਾਇਜ਼ ਥੈਂਕ ਯੂ ਜੀ, ਕਾਇੰਡਲੀ ਪਲੀਜ਼ ਸ਼ੇਅਰ ਦਾ ਵੀਡੀਓ। ਅਤੇ ਹੋਪ ਤੁਹਾਨੂੰ ਵੀਡੀਓ ਅੱਛੀ ਲੱਗੇਗੀ, ਜੇ ਅੱਛੀ ਲੱਗੇਗੀ ਤਾਂ ਪਲੀਜ਼ ਇਹਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਬਾਓ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਥੈਂਕ ਯੂ।